ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਜਿਸ ਤਰੀਕੇ ਨਾਲ ਆਲਮੋਸਟ 10+2 ਵਾਲੇ ਬੱਚਿਆਂ ਦੇ ਐਗਜ਼ਾਮ ਖਤਮ ਹੋਣ ਕਿਨਾਰੇ ਆ ਜੀ, ਸਭ ਤੋਂ ਪਹਿਲਾਂ ਮੇਰੀਆਂ ਸ਼ੁਭ ਸ਼ਾਮਾਂ ਉਹਨਾਂ ਸਾਰਿਆਂ ਲਈ ਕਿ ਤੁਹਾਡੀ ਮਿਹਨਤ ਰੰਗ ਰਹੇ, ਤੁਹਾਡੇ ਸੁਪਨੇ ਸਾਕਾਰ ਹੋਣ, ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਦੂਸਰੀ ਚੀਜ਼ ਜਿਹੜੀ ਮੈਂ ਦੱਸਣ ਜਾ ਰਿਹਾ ਜੀ, ਲੰਮੀ ਨਹੀਂ ਲੈ ਕੇ ਜਾਊਂਗਾ ਜ਼ਿਆਦਾ ਵੀਡੀਓ। ਖੰਨਾ ਆਫਿਸ ਆਪਣਾ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਕਿ ਸ਼ੁਰੂ ਹੋ ਚੁੱਕਿਆ ਜੀ, GTB ਮਾਰਕੀਟ ਦੇ ਵਿੱਚ ਬੜੀ ਹਾਈਟੈਕ ਆਇਲਸ ਇੰਸਟੀਚਿਊਟ ਆ ਜੀ। ਇਮੀਗ੍ਰੇਸ਼ਨ ਦੀਆਂ ਪ੍ਰੋਪਰ ਸਰਵਿਸਿਜ਼ ਦਿੱਤੀਆਂ ਜਾਣਗੀਆਂ। ਇਮੀਗ੍ਰੇਸ਼ਨ ਨੂੰ ਧਿਆਨ 'ਚ, ਸਟੂਡੈਂਟ ਵੀਜ਼ਾ ਨੂੰ ਧਿਆਨ 'ਚ ਰੱਖਦੇ ਹੋਏ ਆਉਂਦੀ 29 ਤਰੀਕ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਖੰਨਾ ਆਫਿਸ ਬੈਠੂੰਗਾ ਜੀ, ਆਪਦੀ ਸਾਰੀ ਇਮੀਗ੍ਰੇਸ਼ਨ ਸਟੂਡੈਂਟ ਵੀਜ਼ਾ ਐਕਸਪਰਟ ਟੀਮ ਦੇ ਨਾਲ। ਤੁਸੀਂ ਆਪਦੇ ਅਕੈਡਮਿਕ ਪ੍ਰੋਫਾਈਲ ਲੈ ਕੇ ਮੈਨੂੰ ਮਿਲ ਸਕਦੇ ਹੋ, ਚਾਹੇ ਕੈਨੇਡਾ ਸਟੂਡੈਂਟ ਵੀਜ਼ਾ, ਚਾਹੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ, ਚਾਹੇ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ਾ, ਚਾਹੇ ਕੈਨੇਡਾ ਦਾ ਓਪਨ ਵਰਕ ਪਰਮਿਟ। ਪਰ ਜੋ ਮੇਨ ਮੈਸੇਜ ਕਨਵੇ ਕਰਨ ਜਾ ਰਿਹਾ ਜੀ, ਉਹ ਇਹ ਆ ਕਿ ਜਿਹੜੇ ਬੱਚਿਆਂ ਦੇ ਓਵਰਆਲ 6 ਬੈਂਡ ਨੇ ਪਰ 1 ਵਾਰ 2 ਵਾਰ 4 ਵਾਰ ਚਾਹੇ 10 ਵਾਰ ਰਿਫਿਊਜ਼ ਹੋ ਚੁੱਕੇ ਹੋ, ਜੇ ਆਪ ਦਿਲ ਢਾਉਣ ਦੀ ਲੋੜ ਨਹੀਂ, ਢੇਰੀ ਢਾਉਣ ਦੀ ਲੋੜ ਨਹੀਂ, ਇੱਕ ਵਾਰੀ ਆਪਦੇ ਅਕੈਡਮਿਕ ਡਾਕੂਮੈਂਟਸ ਲੈ ਕੇ ਜ਼ਰੂਰ ਮਿਲੋ। ਆਸ ਕਰਦਾ, ਵਿਸ਼ਵਾਸ ਆ ਮੈਨੂੰ, ਤੁਹਾਡੇ ਕੈਨੇਡਾ 'ਚ ਪੜ੍ਹਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਸਹਾਈ ਹੋਊਂਗਾ, ਕੋਸ਼ਿਸ਼ ਕਰੂੰਗਾ। ਜਿਹੜੇ ਬੱਚਿਆਂ ਦੇ ਕੇਸ ਰਿਫਿਊਜ਼ ਹੋ ਚੁੱਕੇ ਨੇ, ਚਾਹੇ 10 ਰਿਫਿਊਜ਼ਲਸ ਨੇ ਪਰ ਇੱਕ ਸ਼ਰਤ ਆ, A40 ਧਾਰਾ A40 ਨਹੀਂ ਲੱਗੀ ਹੋਣੀ ਚਾਹੀਦੀ। ਮਤਲਬ ਕਹਿਣ ਦਾ, ਕੋਈ ਵੀ ਮਿਸ ਰੀਪ੍ਰੈਜੈਂਟੇਸ਼ਨ ਦਾ ਇਲਜ਼ਾਮ ਤੁਹਾਡੇ 'ਤੇ ਨਹੀਂ ਹੋਣਾ ਚਾਹੀਦਾ। ਸਿੰਪਲ ਰਿਫਿਊਜ਼ਲਸ ਹੋਣੀਆਂ ਚਾਹੀਦੀਆਂ, ਭਾਵੇਂ 10 ਹੋਣ। ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਨੂੰ ਕੈਨੇਡਾ ਭੇਜ ਕੇ ਤੁਹਾਡੀ ਉੱਥੇ ਪੜ੍ਹਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਪ੍ਰੋਪਰ ਯੋਗਦਾਨ ਪਾਊਂਗਾ। ਭਾਵੇਂ ਤੁਹਾਡੀਆਂ 10 ਰਿਫਿਊਜ਼ਲਸ ਨੇ ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ ਓਵਰਆਲ 6 ਹੋਣੇ ਚਾਹੀਦੇ ਨੇ ਜੀ, ਓਵਰਆਲ 6 ਰਿਫਿਊਜ਼ਲਸ ਚਾਹੇ 10 ਹੋਣ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਆਉਂਦੀ ਪਤਾ ਨਹੀਂ ਕਿਉਂ ਬਲਰ ਹੋ ਗਈ ਥੋੜ੍ਹੀ ਜਿਹੀ ਵੀਡੀਓ, ਚਲੋ ਐਨੀਵੇਜ਼, ਆਉਂਦੀ 29 ਤਰੀਕ ਦੈਨ ਵੀਰਵਾਰ ਖੰਨਾ ਆਫਿਸ ਮਿਲਦੇ ਹਾਂ ਜੀ ਸਾਰੇ। ਆਪਦੇ ਅਕੈਡਮਿਕਸ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਉਣ, ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਦੇ ਅਕੈਡਮਿਕ ਪ੍ਰੋਫਾਈਲਸ ਨਾਲ ਲੈ ਕੇ ਆਇਓ। ਜਿਨ੍ਹਾਂ ਨੇ ਓਪਨ ਵਰਕ ਪਰਮਿਟ ਅਪਲਾਈ ਕਰਨਾ, ਆਪਦੇ ਪਲੀਜ਼ ਸਾਰੇ ਡਾਕੂਮੈਂਟਸ ਨਾਲ ਲੈ ਕੇ ਆਇਓ, ਮੈਂ ਚੈੱਕਲਿਸਟ ਤੁਹਾਨੂੰ ਪ੍ਰੋਵਾਈਡ ਕਰੂੰਗਾ ਜੀ। ਜਿਹੜੇ ਬੱਚਿਆਂ ਦੇ ਰਿਫਿਊਜ਼ਡ ਨੇ ਕੇਸ, ਉਹ ਮੈਨੂੰ ਖਾਸ ਤੌਰ 'ਤੇ ਮਿਲ ਸਕਦੇ ਨੇ। ਜਿਹੜੇ ਘਰ ਬੈਠ ਚੁੱਕੇ ਨੇ 6 ਬੈਂਡ ਲੈਣ ਦੇ ਬਾਵਜੂਦ ਵੀ, ਕੇਸ ਚਾਹੇ 3 ਵਾਰ 4 ਵਾਰ ਰਿਫਿਊਜ਼ ਹੋ ਚੁੱਕਿਆ, ਤੁਸੀਂ ਮੈਨੂੰ ਆ ਕੇ ਮਿਲ ਲਓ, ਮੈਂ ਤੁਹਾਡੇ ਕੈਨੇਡਾ ਪਹੁੰਚ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਪੂਰੀ ਵਾਹ ਲਾ ਦੂੰਗਾ, ਪੂਰੀ ਕੋਸ਼ਿਸ਼ ਕਰੂੰਗਾ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਮਿਲਦੇ ਹਾਂ 29 ਤਰੀਕ ਨੂੰ ਦਿਨ ਵੀਰਵਾਰ ਖੰਨਾ ਆਫਿਸ। ਧੰਨਵਾਦ।